ਮੈਂ ਜੀ ਹਲਕਾ ਵਾਸੀਆਂ ਨੂੰ ਡੈਡੀਕੇਟ ਕਰਦਾ ਜੀ, ਇਹਨਾਂ ਨੇ ਮਿਹਨਤ, ਜਿਹੜੇ ਮੁੰਡੇ ਹਨ ਦੇਖੋ ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ ਕਿਸੇ ਵੀ ਕੰਮ ਦੇ ਵਿੱਚ, ਹਨਾ। ਇਹ ਤਾਂ ਇਹਨਾਂ ਨੇ ਮੁੰਡਿਆਂ ਨੇ ਮਿਹਨਤ ਕੀਤੀ ਹੈ ਤੇ ਜਿਨ੍ਹਾਂ ਨੇ ਵੋਟਾਂ ਪਾਈਆਂ, ਇਹ ਤਾਂ ਸਾਰਿਆਂ ਉਹਨਾਂ ਦਾ, ਸਾਰਿਆਂ ਦਾ ਯੋਗਦਾਨ ਹੈ ਜੀ ਜਦੋਂ ਇਹਦੇ ਤੁਸੀਂ ਵਿੱਚ। ਨੋਮੀਨੇਸ਼ਨ ਪੇਪਰ ਫਾਈਲ ਕੀਤਾ ਸੀ, ਤੁਸੀਂ ਆਪ ਦੱਸਿਆ ਸੀ ਕਿ ਮੈਨੂੰ ਉਮੀਦ ਨਹੀਂ ਸੀ ਕਿ ਮੈਨੂੰ ਇੰਨਾ ਲੋਕਾਂ ਦਾ ਸਮਰਥਨ ਮਿਲੇਗਾ, ਪਰ ਅੱਜ ਹਾਂ ਲੋਕਾਂ ਦਾ ਭਰਪੂਰ ਪਿਆਰ ਤੁਹਾਨੂੰ ਮਿਲਿਆ। ਨਹੀਂ ਜੀ, ਮੈਨੂੰ ਪਹਿਲਾਂ ਹੀ ਨਹੀਂ ਸੀ, ਉਹ ਤਾਂ ਤੁਸੀਂ ਨਹੀਂ ਨਾ ਸੀ ਫੀਲ ਕਰਦੇ ਬਾਹਰ ਦੇ ਨਹੀਂ, ਅਸੀਂ ਬੰਦੇ। ਤੁਹਾਡੇ ਵਰਡ ਹੈ ਜੀ, ਤੁਹਾਡੇ ਵਰਡ ਹੈ ਕਿ ਮੈਂ ਇਕੱਲਾ ਜਾ ਰਿਹਾ। ਮੈਂ ਪਿੰਡਾਂ 'ਚ ਫਿਰਦਾ ਸੀ, ਮੈਂ ਫੀਲ ਕਰਦਾ ਸੀ, ਤੁਸੀਂ ਤੁਹਾਡੇ ਵਰਡ ਹੈ ਜੀ, ਲੋਕੀ ਤਾਂ ਆਪਣੇ ਕੰਮ ਛੱਡ ਛੱਡ ਖੇਤਾਂ 'ਚੋਂ ਆਉਂਦੇ ਸੀ, ਤੁਸੀਂ ਜਿਹੜੀ ਚੀਜ਼ ਮੈਂ ਵੇਖਦਾ ਸੀ ਉਹ ਤੁਸੀਂ ਨਹੀਂ ਸੀ ਵੇਖਦੇ। ਉਹਨੇ ਸੋ ਨਿਹਾਲ ਹਾਸਿਲ ਕਰਕੇ ਸੰਸਦ ਚ ਜਾਓਗੇ, ਕਿਹੜੇ ਕਿਹੜੇ ਮੁੱਦਿਆਂ ਦੇ ਤੁਹਾਡੇ ਦਿਮਾਗ ਚ ਚੱਲਦੇ ਨੇ ਕਿ ਜਿਹੜੇ ਗੱਲ ਅਸੀਂ ਮੈਂ ਜੀ ਪਹਿਲਾਂ ਤਾਂ ਇਹ ਜਿਹੜੇ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਹੈ, ਜਾਂ ਇਸ ਤੇ ਕਾਨੂੰਨ ਦੀ ਗੱਲ ਕਰਾਂਗੇ, ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਗੱਲ ਕਰਾਂਗੇ, ਹਨਾ। ਤੇ ਕਿਉਂਕਿ ਉਹਨੇ ਜਿਹੜਾ ਇੱਕ ਵਿੱਚ ਹੈ, ਉਹਨੇ ਦੇਤੀ ਗਵਾਹੀ ਬਈ ਫਲਾਣੇ ਫਲਾਣੇ ਬੰਦੇ ਜ਼ਿੰਮੇਵਾਰ ਹੈ, ਗੱਲ ਕਰਾਂਗੇ ਵੀ ਸਜ਼ਾ ਮਿਲਣੀ ਚਾਹੀਦੀ ਹੈ ਜੀ ਜੋ ਵੀ ਜ਼ਿੰਮੇਵਾਰ ਹੈ ਇਸ ਵਾਸਤੇ। ਨਸ਼ਿਆਂ ਬਾਰੇ ਕੀ ਕਹੋਗੇ? ਨਸ਼ਿਆਂ ਬਾਰੇ ਤਾਂ ਜੀ ਕਹੂੰਗੇ ਨੀ, ਨਸ਼ਿਆਂ ਤੇ ਤਾਂ ਕੁਛ ਨਾ ਕੁਛ ਕਰਾਂਗੇ। ਭਾਈ ਸਾਹਿਬ ਘੱਲੂਘਾਰਾ ਦਿਹਾੜੇ ਚੱਲਦੇ ਆ, ਜਿਸ ਤਰ੍ਹਾਂ ਭਾਈ ਹਰਪ੍ਰੀਤ ਸਿੰਘ ਨੇ ਵੀ ਕਹਿ ਰਿਹਾ ਕਿ ਕੋਈ ਜਸ਼ਨ ਨਹੀਂ ਮਨਾਇਆ ਜਾਏਗਾ, ਨਹੀਂ ਮਨਾਇਆ ਜਾਏਗਾ। ਅਸੀਂ ਤਾਂ ਕਹਿਤਾ ਜੀ 7 ਤਰੀਕ ਤੱਕ ਕਿਸੇ ਨੇ ਮੂੰਹ ਮਿੱਠਾ ਨਹੀਂ ਕਰਨਾ, ਕੋਈ ਢੋਲ ਨਹੀਂ ਵਜਾਉਣਾ, ਕੋਈ ਪਟਾਕੇ ਨਹੀਂ ਵਜਾਉਣੇ। ਮੇਰੀ ਹੱਥ ਬੰਨ ਕੇ ਮੇਰੇ ਵਰਕਰਾਂ ਨੂੰ, ਮੇਰੇ ਸਪੋਟਰਾਂ ਨੂੰ, ਮੇਰੇ ਹਲਕੇ ਦੇ ਵਾਸੀਆਂ ਨੂੰ ਅਪੀਲ ਹੈ, ਅਸੀਂ ਕੱਲ ਨੂੰ ਦਰਬਾਰ ਸਾਹਿਬ ਜਾਵਾਂਗੇ 8 ਤਰੀਕ ਨੂੰ, ਅਰਦਾਸ ਚ ਸ਼ਾਮਿਲ ਹੋਵਾਂਗੇ 6 ਤਰੀਕ ਨੂੰ, ਸੋਰੀ, ਫਿਰ ਉਸ ਤੋਂ ਬਾਅਦ 7-8 ਨੂੰ ਦੇਖਾਂਗੇ। ਕੁਛ ਨਹੀਂ ਜੀ, ਹਾਲੇ ਕੁਛ ਨਹੀਂ ਹੈ ਜੀ, ਮੈਂ ਨਹੀਂ ਕਹਾਂ। ਮੇਰੇ ਜਿਨ੍ਹਾਂ ਨੇ ਮੇਰੇ ਲਈ ਮਿਹਨਤ ਕੀਤੀ ਹੈ, ਮੈਂ ਉਹਨਾਂ ਸਾਰਿਆਂ ਦੀ ਸਲਾਹ ਲਊਂਗਾ, ਜਿੱਥੇ ਉਹ ਕਹਿਣਗੇ ਮੈਂ ਉੱਥੇ ਜਾਊਂਗਾ।